ਆ ਦੇਖੋ ਚੰਨੀ ਦੇ ਘਰ ਹੀ ਵਿਆਹ ਦੇ ਵੀ ਵੱਖਰੀ ਗੱਲ ਹੈ, ਪਰ ਇਸ ਤਰ੍ਹਾਂ ਕੁੱਟਣਾ ਤੋਂ ਲੱਗਦਾ ਕਿ ਵੋਟਾਂ ਜਿਹੜੀਆਂ ਪੈਣਗੀਆਂ ਚੰਨੀ ਨੂੰ। ਤੂੰ ਦੇਖੋ ਕਿ ਚੰਨੀ ਨੂੰ ਇਹ ਨੀ ਦਿਸ ਰਿਹਾ ਮੁੱਖ ਮੰਤਰੀ ਹੈ, ਤੂੰ ਆਹ ਲੋਕ ਰੋਸ ਕਰਦੇ ਨੇ। ਮਾਨਸਾ ਦੇ ਵਿੱਚ ਰੈਲੀ ਹੋਣੀ ਸੀ ਜਿਸ ਦੇ ਵਿੱਚ ਗਾਇਕ ਸਿੱਧੂ ਮੂਸੇਵਾਲੇ ਨੇ ਪਹੁੰਚਣੇ ਸੀ, ਲੋਕਾਂ ਨੇ ਵੱਖ ਵੱਖ ਕਰਾਏ ਸੀ। ਬਸ ਤਾਂ ਉਸ ਦਿਨ ਹੀ ਲੋਕਾਂ ਨੇ ਦੇਖਿਆ ਜਾਵੇ ਕਿ ਇਸ ਗਾਇਕ ਨੂੰ ਦਬੋਚ ਲਿਆ ਜਦੋਂ ਇਹਨੇ ਐਲਾਨ ਕੀਤਾ ਕਿ ਮੈਂ ਕਾਂਗਰਸ ਦਾ ਪੱਲਾ ਫੜ ਲਿਆ ਜਾਂ ਕਾਂਗਰਸ ਨੇ ਇਹਨੂੰ ਪੱਲਾ ਫੜਾਇਆ ਜਾਂ ਉਹਨੇ ਫੜਿਆ, ਗੱਲ ਵੱਖਰੀ ਹੈ। ਕਿ ਪੋਲੀਟੀਸ਼ੀਅਨ ਸੋਚਦੇ ਨੇ ਲੀਡਰ ਕਿ ਅਸੀਂ ਇਸ ਗਾਇਕ ਨੂੰ ਲੈ ਗਏ, ਇਸ ਵਿਅਕਤੀ ਲੈ ਲਈਏ ਤਾਂ ਸਾਡੀ 100% ਜਿੱਤ ਹੈ, ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਜੇ ਕੋਈ ਠੇਸ ਪਹੁੰਚਦੀ ਆ ਤਾਂ ਲੋਕ ਫਿਰ ਇੱਕਦਮ ਉਲਟ ਹੋ ਜਾਂਦੇ ਨੇ। ਪਬਲਿਕ ਹੀ ਪਬਲਿਕ ਹੈ, ਸਭ ਤੋਂ ਵੱਡੀ ਸ਼ਕਤੀ ਪਬਲਿਕ ਹੈ, ਜਿਹਦੇ ਨਾਲ ਪਬਲਿਕ ਹੈ ਉਹਦੇ ਨਾਲ ਪਬਲਿਕ ਹੈ। ਕੋਈ ਸ਼ੱਕ ਨਹੀਂ, ਕੁਝ ਹਫ਼ਤੇ ਪਹਿਲਾਂ ਮਹੀਨਾ ਕੁ ਬੜਾ ਜ਼ੋਰ ਸੀ ਕਿ ਚਰਨਜੀਤ ਚੰਨੀ ਦਾ ਬੜਾ ਸਤਿਕਾਰ ਸੀ ਲੋਕਾਂ ਮਨ ਵਿੱਚ, ਚੰਨੀ ਸਾਹਿਬ ਗਰੀਬਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨਾਲ ਰੋਟੀ ਪਾਣੀ ਸਾਂਝਾ ਕਰ ਰਹੇ ਨੇ, ਦੁੱਖ ਸੁੱਖ ਸੌ ਰਹੇ ਨੇ। ਪਰ ਇਹ ਨਹੀਂ ਸੀ ਪਤਾ ਕਿ ਕਿੰਨੇ ਦਿਨਾਂ ਵਿੱਚ ਆਈ ਹੈਵ ਰੈਕੋਰਡਸ ਕੈਨ ਯੂ ਬਲੀਵ ਇਟ ਕੇ ਉਹਨਾਂ ਨੇ 72 ਦਿਨਾਂ ਵਿੱਚ ਤਕਰੀਬਨ 210 ਤੋਂ ਉੱਪਰ ਵਾਰ ਹੈਲੀਕਾਪਟਰ ਸਿਰਫ 10 ਮਿੰਟ ਦੀ ਦੂਰੀ ਵਾਸਤੇ ਉਡਾਨ ਭਰੇ। ਜੇ 10 ਮਿੰਟ ਕਾਰ 'ਚ ਲੱਗਦੇ ਨੇ ਤਾਂ ਇਹ 10 ਮਿੰਟ ਵਾਸਤੇ ਵੀ ਹੈਲੀਕਾਪਟਰ 'ਚ ਇੱਕ ਲੁਧਿਆਣੇ ਤੋਂ ਦੂਜੇ ਲੁਧਿਆਣੇ ਪਾਸੇ ਜਾਣ ਲਈ ਇਹ ਹੈਲੀਕਾਪਟਰ ਦੀ ਵਰਤੋਂ ਕਰਦੇ, ਖਰੜ ਦੀ ਵਰਤੋਂ ਕਰਦੇ ਆ। ਔਰ ਕਿੰਨਾ ਕਰੋੜਾਂ ਰੁਪਈਆ ਹੈਲੀਕਾਪਟਰ ਲਾਤਾ ਅਤੇ ਕਿੰਨਾ ਕਰੋੜਾਂ ਰੁਪਈਆ ਇਸ਼ਤਿਹਾਰਾਂ 'ਤੇ ਲਾਤਾ ਹੈ, ਅਤੇ ਕੰਮ ਕਿਸੇ ਦਾ ਹੋਇਆ ਨਹੀਂ, ਜਾਬਾਂ ਮਿਲੀਆਂ ਨਹੀਂ। ਔਰ ਜਾਬਾਂ ਕੀ ਮਿਲਣੀਆਂ, ਲੋਕ ਰੋਸ ਮੁਜ਼ਾਹਰਾ ਕਰ ਰਹੇ ਨੇ, ਉਹਨਾਂ ਨੂੰ ਕਿਵੇਂ ਪੁਲਿਸ ਵਾਲੇ ਕੁੱਟ ਰਹੇ ਨੇ। ਇੱਕ ਤੁਹਾਡੇ ਵਿੱਚ ਮੈਂ ਦੱਸਣਾ ਚਾਹਾਂਗਾ, ਤੁਸੀਂ ਹੈਰਾਨ ਹੋਵੋਗੇ ਕਿ ਇੱਕ ਪੁਲਿਸ ਅਫਸਰ ਹੈ, ਮੈਂ ਤੁਹਾਨੂੰ ਦਿਖਾਲਦਾ, ਔਰ ਕਿਵੇਂ ਕਿਸ ਤਰ੍ਹਾਂ ਤਸੱਦਦ ਕਰ ਰਿਹਾ ਹੈ, ਇਹਦਾ ਸਾਰੀ ਪੁਲਿਸ ਨੂੰ ਬਦਨਾਮ ਕਰ ਰਿਹਾ ਵਿਅਕਤੀ। ਇਹ ਤਾਂ ਕਿ ਲੋਕਲ ਪੁਲਿਸ ਵਾਲੇ ਦੀ ਡਿਪਟੀ ਜੋ ਇੱਥੋਂ ਨੇ ਕਿਹਾ ਕਿ ਇਸ ਤਰ੍ਹਾਂ ਨਾ ਕਰ। ਇਹ DSP ਗੁਰਮੀਤ ਸਿੰਘ ਹੈ ਜੋ ਕਿ ਮੁੱਖ ਮੰਤਰੀ ਹੋਰਾਂ ਦੀ ਸੁਰੱਖਿਆ ਦਾ ਦੇ ਵਿੱਚ ਡਿਊਟੀ ਕਰ ਰਿਹਾ। ਐਸੀ ਕਿਹੜੀ ਦੁਸ਼ਮਣੀ ਹੈ ਇਹਨਾਂ ਬੇਰੁਜ਼ਗਾਰਾਂ, ਸਿਰਸਾ ਪੁਲਿਸ ਹੋ ਟੈਲੀਕਾਸਟ ਕਰੋ, ਇਹਨਾਂ ਬੇਰੁਜ਼ਗਾਰ ਨਾਲ ਨਹੀਂ ਪਤਾ, ਅੱਜ ਫਿਰ ਇਸੇ ਨੇ ਹੀ ਸਭ ਤੋਂ ਵੱਧ ਨੌਜਵਾਨ ਕੁੱਟਿਆ ਅਤੇ ਇਸ ਨੇ ਹੀ ਫਾਜ਼ਿਲਕਾ ਵਿੱਚ ਵੀ ਸਟੂਡੈਂਟਾਂ ਨੂੰ ਕੁੱਟਿਆ ਸੀ। ਆਹ ਦੇਖੋ ਚੰਨੀ ਦੇ ਕਾਰੇ, ਚੰਨੀ ਦੇ ਕੁਆਰੇ ਤੇ ਲੈਣ ਕੁਆਰੇ ਵਾਹ ਦੇ ਵੱਖਰੀ ਗੱਲ ਹੈ, ਪਰ ਇਸ ਤਰ੍ਹਾਂ ਕੁੱਟਣਾ ਇੱਥੋਂ ਲੱਗਦਾ ਕਿ ਵੋਟਾਂ ਜਿਹੜੀਆਂ ਪੈਣਗੀਆਂ ਚੰਨੀ ਨੂੰ। ਤੂੰ ਦੇਖੋ ਕਿ ਚੰਨੀ ਨੂੰ ਇਹ ਨਹੀਂ ਦਿਸ ਰਿਹਾ ਮੁੱਖ ਮੰਤਰੀ ਹੈ, ਤੂੰ ਆਹ ਲੋਕ ਰੋਸ ਕਰਦੇ ਨੇ, ਉਹਨਾਂ ਕੋਲ ਹੱਕ ਨੇ, ਉਹਨਾਂ ਨੂੰ ਤੁਸੀਂ 30,000 60,000 ਦੇਖੋ ਨਾ ਕਿਸੇ ਮੁੱਖੇ ਚੰਨੀ ਸਾਹਿਬ, ਤੁਸੀਂ ਇਹਨਾਂ ਨੂੰ ਨੱਥ ਪਾਓ। ਤੁਸੀਂ ਤਾਂ ਕਲੇਮ ਕਰ ਰਹੇ ਸੀ ਕਿ ਮੈਨੂੰ ਸਕਿਉਰਟੀ ਚਾਹੀਦੀ ਹੈ, ਜਿਹੜੀਆਂ ਬੱਸਾਂ ਗੱਡੀਆਂ ਚਾਹੀਦੀਆਂ, ਤੁਸੀਂ 19 ਸਕਿਉਰਟੀ ਰੱਖੀ ਹੋਈ ਨੇ, ਗੱਡੀ ਰੱਖੀ ਹੋਈ ਹੈ, ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਪੁਲਿਸ ਨੇ ਕਰਨੇ ਆ, ਔਰ ਸਾਰੀ ਪੁਲਿਸ ਨੂੰ ਬਦਨਾਮ ਕਰ ਰਹੇ ਕੁਝ ਪੁਲਿਸ ਵਾਲੇ, ਔਰ ਯੂ ਸ਼ੁਡ ਅੰਡਰਸਟੈਂਡ ਤੁਸੀਂ ਵੀ ਹਿਊਮਨ ਬੀਂਗ ਹੋ, ਔਰ ਇਹ ਕੁਛ ਦਿਨਾਂ ਤੁਸੀਂ ਦੇਖਿਆ ਜਾਵੇ ਕਿ ਇਸ ਕੁਰਸੀ 'ਤੇ, ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਲੋਕਾਂ ਨੇ ਕੁਰਸੀ ਤੁਹਾਨੂੰ ਲੈ ਕੇ ਨਹੀਂ ਆਉਣਾ। ਆਹ ਨੌਜਵਾਨ ਵੀ ਕਿਸੇ ਦੇ ਪੁੱਤ ਨੇ ਜਿਹਨੂੰ ਤੁਸੀਂ ਕਟਾ ਰਹੇ ਹੋ, ਔਰ ਤੁਸੀਂ ਕਹਿੰਦੇ ਜੇ ਤੁਹਾਨੂੰ ਇੰਨਾ ਡਰ ਨਹੀਂ, ਤੁਸੀਂ ਆਮ ਪੁਲਿਸ ਨੂੰ ਇਹ ਹਦਾਇਤਾਂ ਕਿਉਂ ਦੇ ਰਹੇ ਹੋ? ਸਾਰੀ ਪੁਲਿਸ ਡਿਪਾਰਟਮੈਂਟ ਨੂੰ, ਜਿਹੜਾ ਤੁਸੀਂ ਡਿਪਾਰਟਮੈਂਟ ਨੂੰ, ਪੁਲਿਸ ਡਿਪਾਰਟਮੈਂਟ ਨੂੰ ਇਹ ਪੁਲਿਸ ਵਾਲੇ ਨੂੰ ਰਾਈਟ ਵੀ ਡਿਸਮਿਸ ਕਰਨਾ ਚਾਹੀਦਾ। ਕੀ ਖਿਆਲ ਤੁਹਾਡਾ ਲੋਕਾਂ ਦਾ, ਕਿਸ ਤਰ੍ਹਾਂ ਇਹਨਾਂ ਬੱਚਿਆਂ ਨੂੰ ਕੁੱਟ ਰਿਹਾ ਆ, ਔਰ ਬੱਸ ਵਿੱਚ ਬੈਠੇ ਨੂੰ ਕੁੱਟ ਰਿਹਾ ਹੈ? ਇਹ ਡਿਪਟੀ, ਇਹਦਾ ਨਾਮ ਹੈ ਗੁਰਮੀਤ ਸਿੰਘ। ਗੁਰਮੀਤ ਸਿੰਘ ਜੀ, ਮੈਂ ਜਗਿੰਦਰ ਬਾਸੀ ਬਾਸੀ ਸ਼ੋਅ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਕਾਨੂੰਨ ਦੇ ਮੁਤਾਬਕ ਤੁਸੀਂ ਕੁੱਟਮਾਰ ਨਹੀਂ ਕਰ ਸਕਦੇ। ਚੰਨੀ ਨੂੰ ਕਿਹੜਾ ਐਸਾ ਖਤਰਾ ਹੈ? ਉਹ ਖੁਦ ਆਪ ਕਲੇਮ ਕਰਦਾ ਮੈਨੂੰ ਖਤਰਾ ਨਹੀਂ, ਤੇ ਚੰਨੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਨਹੀਂ ਕਰ ਸਕਦਾ ਤੇ ਲੋਕਾਂ ਨੂੰ ਕਟਾ ਸਕਦਾ ਆ। ਸੋ ਇਸ ਕਰਕੇ ਲੋਕ ਜਿਹੜੇ ਨੇ ਇਹ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ ਜਿੱਥੇ ਵੀ ਜਾਂਦਾ ਕਿ ਰੋਸ ਮੁਜ਼ਾਹਰਾ ਵੱਧਦਾ ਜਾ ਰਿਹਾ, ਤਾਂ ਲੋਕਾਂ ਦੀਆਂ ਵੋਟਾਂ ਟੁੱਟਣੀਆਂ ਸ਼ੁਰੂ ਹੋ ਰਹੀਆਂ, ਕਿਉਂਕਿ ਇਹ ਲੋਕਾਂ ਨੂੰ ਕੁੱਟਣਾ ਸ਼ੁਰੂ ਕਰ ਚੁੱਕੇ ਨੇ।
ਲੋਕਾਂ ਨੂੰ ਕੁੱਟਦੇ ਨੇ ਤੇ ਵੋਟਾਂ ਟੁੱਟਦੀਆਂ ਨੇ। ਸੋ ਮੈਂ ਉਹਨਾਂ ਨੂੰ ਵੀ ਕਹਿੰਦਾ ਕਿ ਆਹ ਵੇਖ ਲਓ, ਆਹ ਹੈ ਗੁਰਪ੍ਰੀਤ, ਔਰ ਇਹਨੂੰ ਪੁਲਿਸ ਜਿਹੜੀ ਲੋਕਲ ਹੈ ਉੱਥੋਂ ਦੀ ਉਹ ਵੀ ਕਹਿ ਰਹੀ ਹੈ ਕਿ ਵਾਈ ਯੂ ਡੂਇੰਗ ਦਿਸ, ਇਹ ਪੁੱਤਰਿਆ ਹੋਇਆ ਡਿਪਟੀ ਸੁਣ ਨਹੀਂ ਰਿਹਾ। ਤੁਸੀਂ ਵੇਖੋ ਕਿ ਇਹ ਕੋਈ ਕਾਨੂੰਨ ਹੈ? ਜੇ ਕਾਂਗਰਸ ਚੰਨੀ ਮੁੜ ਕੇ ਆਊਗਾ ਤੇ ਆਹ ਹਾਲਾਤ ਕਰੂਗਾ, ਜੇ ਰੋਸ ਮੁਜ਼ਾਹਰਾ ਕਰੂਗਾ? ਵਟ ਇਜ਼ ਦਿਸ ਨੌਨਸੈਂਸ? ਚੰਨੀ ਜੀ, ਮੈਂ ਜੋਗਿੰਦਰ ਵਾਸੀ ਕਹਿ ਰਿਹਾ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਪੰਜਾਬ ਦਾ ਜਿਹੜਾ ਭਵਿੱਖ ਆ, ਪੰਜਾਬ ਦੇ ਨੌਜਵਾਨ ਮਾਤਾਵਾਂ ਦੇ ਮੁੰਡਿਆਂ ਨੂੰ ਕਟਾਉਣਾ ਆ। ਓ ਮਾਈ ਗੋਡ, ਦਿਸ ਇਜ਼ ਸ਼ੇਮ। ਕੀ ਕਹਿੰਦਾ ਤੁਸੀਂ, ਮੈਨੂੰ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ? ਸੋ ਉਹਨਾਂ ਨੂੰ ਇੱਕ ਚੈਲੰਜ ਹੈ ਕਿ ਇਹ ਦੇਖ ਜੋ ਜੋ ਕਰਦੇ ਨੇ, ਕਾਨੂੰਨ ਦੀ ਧੱਜੀ ਉਡਾਉਂਦੇ ਨੇ। ਪੁਲਿਸ ਨੇ ਹਰਾਸਮੈਂਟ ਦਿੱਤੀ ਹੈ ਅਤੇ ਉਹਨਾਂ ਨੂੰ ਦੇਖਿਆ ਜਾਵੇ ਕਿ ਆਪਣੇ ਬੱਸ ਵਿੱਚ ਬਿਠਾ ਕੇ ਉਸਦੇ ਬਾਵਜੂਦ ਇਹ ਲੋਕ ਕੁੱਟ ਰਿਹਾ ਹੈ ਬੰਦਾ, ਹੈ ਡਿਪਟੀ। ਇਹਦੇ ਬਾਰੇ ਵੀ ਅਸੀਂ ਟਾਕਸ਼ ਕਰਨਾ ਚਾਹਾਂਗੇ ਕਿਉਂਕਿ ਸਾਡੀ ਲਾਈਨ 'ਚ ਸਾਡੇ ਰਿਸਪੈਕਟਡ ਹੈ, ਕਿਉਂਕਿ ਕੁਛ ਦਿਨਾਂ ਵਿੱਚ ਹੀ ਜਦੋਂ ਫਿਰ ਲੱਗ ਗਿਆ ਚੋਣ ਜਾਬਤਾ, ਤਾਂ ਉਦੋਂ ਫਿਰ ਰਾਜ ਮੁੱਖ ਮੰਤਰੀ ਨੇ ਇਹਨਾਂ ਨੇ ਨਾ ਉਸ ਵੇਲੇ ਰਾਜ ਪੰਜਾਬ ਦੇ ਚੀਫ ਇਲੈਕਸ਼ਨ ਅਫਸਰ ਦਾ ਹੋਣਾ ਆ। ਅਸੀਂ ਉਹਨਾਂ ਲਾਈਨ 'ਚ ਲਿਆ ਰਹੇ ਹਾਂ ਅਤੇ ਉਹਨਾਂ ਦੀ ਜ਼ਿੰਮੇਵਾਰੀਆਂ ਦੀ ਗੱਲਬਾਤ ਕਰਾਂਗੇ ਅਸੀਂ ਇਹਨਾਂ ਸਿਚ ਤੋਂ ਬਾਅਦ। ਵਾਪਸ ਆ ਰਹੇ ਹਾਂ, ਇਹ ਹੈ ਚੰਨੀ ਦੇ ਪੈਦਾ ਕੀਤੇ ਹੋਏ ਹਾਲਾਤ। ਅਤੇ ਮੂਸੇਵਾਲੇ ਨੂੰ ਅੱਜ ਸਟੇਜ ਤੋਂ ਆਪਣਾ ਭਾਸ਼ਣ ਛੱਡਣਾ ਪਿਆ, ਲੋਕਾਂ ਨੇ ਇੰਨੀ ਹਿਊਟੂਨ ਕੀਤੀ ਅਤੇ ਇਹਨੇ ਸੋਚਿਆ ਸੀ ਕਿ ਲੋਕ ਮੇਰੇ ਮਗਰ, ਤੇ ਇੱਕ ਵਿਅਕਤੀ ਮੈਨੂੰ ਕਿਹਾ ਸੀ ਕਿ 10,000 ਹਰ ਰਾਈਡਿੰਗ ਦੇ ਵਿੱਚ ਫਰਕ ਪਾਵੇਗਾ ਮੂਸੇਵਾਲਾ, ਔਰ ਉਲਟਾ ਕੀ ਹੋਇਆ, ਲੋਕਾਂ ਨੇ ਮਾਨਸਾ ਵਿੱਚ ਵੀ ਸਟੇਜ ਤੇ ਉਹਨੂੰ ਬੋਲਣ ਨਹੀਂ ਦਿੱਤਾ ਅੱਜ। ਸੋ ਕਾਂਗਰਸ ਪਾਰਟੀ ਦੇ ਹਾਲਾਤ ਦਿਨ ਬ ਦਿਨ ਵਿਗੜਦੇ ਜਾ ਰਹੇ ਨੇ, ਆਸ ਵਿੱਚ ਲੜਾਈ ਵੱਧਦੀ ਜਾ ਰਹੀ ਹੈ। ਹਾਂ, ਇਹਨਾਂ ਵਿੱਚ ਕੁਝ ਕੁਝ ਸਿਆਣੇ ਸਿਆਸਤਦਾਨ ਨੇ ਔਰ ਜਿਹਨਾਂ ਨੂੰ ਮੈਂ ਸਤਿਕਾਰ ਕਰਦਾ, ਔਰ ਰੰਧਾਵਾ ਸਾਹਿਬ, ਚੰਗੇ ਰਸੂਖ ਦੇ ਇਹਨਾਂ ਦੇ ਫਾਦਰ ਸਾਹਿਬ ਸੀਗੇ, ਪ੍ਰਤਾਪ ਸਿੰਘ ਬਾਜਵਾ ਜੀ, ਕੁਝ ਹੋਰ ਵੀ ਨੇ ਤੇ ਕੁਝ ਬੜੇ ਨਿਕੰਮੇ ਵੀ ਨੇ, ਕੁਝ ਹੈਂਕੜਬਾਜ਼ੀ ਵਾਲੇ ਵੀ ਨੇ। ਸੋ ਇਹ ਨੇ ਪੰਜਾਬ ਦੇ ਹਾਲਾਤ, ਔਰ ਕਿਸੇ ਦਾ ਬਿਜਲੀ ਬਿੱਲ ਨਹੀਂ ਮਾਫ਼ ਹੋਇਆ ਹਾਲੇ, ਕਿਸੇ ਨੂੰ ਕੋਈ ਪਲਾਟ ਨਹੀਂ ਮਿਲਿਆ, ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ, ਲੋਕਾਂ ਨੂੰ ਕੁੱਟ ਜ਼ਰੂਰ ਮਿਲੀ ਹੈ। ਅਸੀਂ ਪ੍ਰੋਗਰਾਮ ਵਿੱਚ ਆ ਰਹੇ ਹਾਂ ਥੋੜ੍ਹੇ ਸੇ ਵਿੱਚ ਵਾਪਸ।